थैंक यू वीरे, थैंक यू भाई। मैं तो पूरा भी नहीं पता ही आई तरह जानू देना, मैं तो प्रीत दी स्टोरी देखी, मैं तो फिर पता लगा भी आई साडे भाई दा जानू देना। अच्छा चलो तेन पता तो लग गया भी मेरा जानू देना। और भाई मैं तेरे करके रात नु 12 बजे तक सुता नहीं, मैं कहा भाई नु मेंशन करके स्टोरी पावांगे। थैंक यू वीरे, थैंक यू। ये सब थोड़े भरावां करके आ, जे अज तुसीं चार भरा मैनू प्यार करदे ना ते मैं भी ताई तुरया फिरदा। सही गल आ भाई, सब कुछ इत्थी रहना, पता नहीं कदों जहान तो तर जाना। अस ते सवेरे 6 बजे काम ते चले जाईदा ते रात नु 9 बजे घरे बड़ीदा, यारां दोस्तां नु मिलना टाइम ही नहीं मिलदा। अज ते जन्मदिन सीगा ते मिल पे सारयां नु। सही गल आ भाई, बचपन वाला दिन किन्ना वधिया हुंदा सी। मैं छुट्टी वाले दिन सवेरे थोड़े घरे आ जांदा सी ते शाम नु घरे जांदा सी, आपां सारे किन्नी मस्ती करदे हुंदे सी। पर जदों दीआं घर दीआं जिम्मेवारियां सर पईआं ना, मौज मस्ती की हुंदी आ भुल ही गए। कोई ना भाई, अज करा देने तेनू मौज मस्ती यार, केरा तू एक वारी केक कट लिया। भाई केक कट देने, गल केड़ी करदा, तू नेड़े कर ना। जल्दी कट यार, मैनू तां बहुत भुख लगी आ। ओ कट देने, सबर तां रख। हैप्पी बर्थडे टू यू, हैप्पी बर्थडे टू यू, हैप्पी बर्थडे टू यू। बस करो भाई, बस करो, मुंह तेरा मलो यार। ओ ना ओ मुंह ते कदे मली जाने पतंदर, बस करो। ओ ना भाई ना मलो यार, केक ना खराब करो भाई। ओए ओ ना ओ ना यार, मन नहीं दी भाई ना यार। ओ ना भाई ना मलो यार, केक ना खराब करो भाई। ओए ओ ना। ਕੀ ਹੈ ਪੁੱਤ, ਤੂੰ ਇੱਥੇ ਕਿਵੇਂ ਬੈਠਾ? ਕੁਝ ਨਹੀਂ ਵੀਰੇ, ਮੈਂ ਤਾਂ ਤੁਹਾਨੂੰ ਦੇਖਣ ਆਇਆ ਸੀਗਾ। ਸਾਨੂੰ ਮਾਫ ਕਰ ਦੇ ਪੁੱਤ, ਸਾਡੇ ਕੋਲ ਕੇਕ ਲਿਆਉਣ ਜਾ ਕੇ 4 ਪੈਸੇ ਕੀ ਆ ਗਏ, ਅਸੀਂ ਆਪਦੀ ਔਕਾਤ ਹੀ ਭੁੱਲ ਗਏ। ਇਹ ਕੇਕ ਅਸੀਂ ਫਾਲਤੂ 'ਚ ਮੂੰਹ 'ਤੇ ਤਾਂ ਮਿਲੇ ਜਾਂਦੇ ਹਾਂ, ਪਰ ਅਸੀਂ ਇਹ ਭੁੱਲ ਗਏ ਵੀ ਇਹ ਕੇਕ ਕਿਸੇ ਗਰੀਬ ਦਾ ਢਿੱਡ ਵੀ ਭਰ ਸਕਦਾ। ਸਾਨੂੰ ਮਾਫ ਕਰ ਦੇ ਪੁੱਤ, ਅਸੀਂ ਇਹ ਗਲਤੀ ਕਦੇ ਵੀ ਨਹੀਂ ਕਰਦੇ। ਕੋਈ ਗੱਲ ਨਹੀਂ ਵੀਰੇ, ਤੁਸੀਂ ਆਪਦੀ ਮਸਤੀ ਕਰੋ। ਮਸਤੀ ਅਸੀਂ ਫੇਰ ਕਰਾਂਗੇ, ਪਹਿਲਾਂ ਇਹ ਦੱਸ ਤੂੰ ਕੇਕ ਖਾਣਾ? ਲੈ ਫਿਰ ਤੈਨੂੰ ਹੁਣ ਕੇਕ ਖਵਾਉਣਾ ਆ। ਇਹ ਆ ਲੈ। ਹਾਂਜੀ, ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਸ਼ੇਅਰ ਤੁਸੀਂ ਆਪੇ ਕਰ ਦਿੰਦੇ ਯਾਰ, ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਲਾਈਕ ਵੀ ਤੁਸੀਂ ਕਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਇਸ ਟਾਈਮ ਦਾ ਮਤਲਬ ਵੀ 7 ਵੱਜ ਗਏ ਰਾਤ ਦੇ, ਹੈ ਨਾ, ਅਤੇ ਅਸੀਂ 4 ਵਜੇ ਦੀ ਵੀਡੀਓ ਬਣਾਉਣ ਗਏ ਹਾਂ ਅਤੇ ਹੁਣ ਬਣਾ ਕੇ ਅਸੀਂ ਘਰ ਆਏ ਹਾਂ। ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਸਾਨੂੰ ਯਾਰ, ਹੁਣ ਸ਼ੇਅਰ ਕਰਨ ਦੀ ਜਾਂ ਲਾਈਕ ਕਰਾਉਣ ਦੀ ਕਹਿਣ ਦੀ ਲੋੜ ਹੀ ਨਹੀਂ ਹੈਗੀ। ਤੁਸੀਂ ਬਿਨਾਂ ਕਹੀ ਸ਼ੇਅਰ ਕਰ ਦਿੰਦੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਅਸੀਂ ਲੱਖ ਸੋਨੇ ਦੇ ਬਣ ਜਾਈਏ, ਤੁਹਾਡਾ ਦੇਣਾ ਅਸੀਂ ਕਦੇ ਦੇ ਹੀ ਨਹੀਂ ਸਕਦੇ, ਠੀਕ ਹੈ ਨਾ ਜੀ। ਅਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰ ਦਿਆ ਕਰੋ ਪਿਆਰਾ ਜਿਹਾ ਕਮੈਂਟ, ਯਾਰ ਛੋਟਾ ਜਿਹਾ ਨਾ ਕਰਿਆ ਕਰੋ, ਵੱਡਾ ਸਾਰਾ ਕਮੈਂਟ ਕਰਿਆ ਕਰੋ। ਜਦੋਂ ਤੁਸੀਂ ਵਾਹਵਾ ਸਾਰੀਆਂ ਗੱਲਾਂ ਲਿਖਦੇ ਨਾ ਸਾਡੇ ਬਾਰੇ, ਸਾਨੂੰ ਬਹੁਤ ਖੁਸ਼ੀ ਮਿਲਦੀ ਆ। ਅਤੇ ਅੱਜ ਅਸੀਂ ਬਣਾਈ ਹੈ ਜੀ ਪੰਪ 'ਤੇ, ਪੰਪ 'ਤੇ ਖੜ੍ਹ ਕੇ ਵੀਡੀਓ ਬਣਾਈ ਸੀ। ਹਾਂ ਸਾਰੀ ਤੁਸੀਂ ਵੀਡੀਓ ਵੇਖ ਲਈ, ਉਮੀਦ ਆ ਤੁਹਾਨੂੰ ਹਾਸਾ ਆਊਗਾ, ਹਸਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕੀਤੀ ਆ। ਅਤੇ ਅਸੀਂ ਅਸੀਂ ਵੀਡੀਓ ਬਣਾਈ ਸੀ ਪੰਪ 'ਤੇ। ਪੰਪ 'ਤੇ ਕੀ ਹੁੰਦਾ ਸੀਗਾ, ਜਦੋਂ ਅਸੀਂ ਵੀਡੀਓ ਬਣਾਉਂਦੇ ਸੀ ਕਦੇ ਕੋਈ ਆ ਜਾਂਦੇ ਸਾਡੇ ਕੋਲ, ਕੋਈ ਆ, ਕਿਉਂਕਿ ਯਾਰ ਤੁਸੀਂ ਪਿਆਰ ਹੀ ਇੰਨਾ ਜ਼ਿਆਦਾ ਕਰਦੇ ਆ, ਹੈ ਨਾ। ਅਤੇ ਪੰਪ 'ਤੇ ਅਸੀਂ ਜਦੋਂ ਵੀਡੀਓ ਬਣਾਉਂਦੇ ਸੀਗੇ, ਸਾਨੂੰ ਵੇਖ ਕੇ ਖੜ੍ਹ ਜਾਂਦੇ ਸੀ ਲੋਕ, ਬਈ ਆ ਤੁਸੀਂ ਉਹੀ ਆ ਨਾ, ਤੁਸੀਂ ਉਹੀ ਆ ਨਾ। ਅਤੇ ਅਸੀਂ ਫਿਰ ਉਹਨਾਂ ਨਾਲ ਫੋਟੋ ਵੀ ਖਿਚਾਈਆਂ, 4 ਵਜੇ ਤਾਂ ਗਏ ਹਾਂ, ਅਸੀਂ ਇਸੇ ਕਰਕੇ 4 ਵਜੇ ਜਾਵੜਦੇ ਹਾਂ। ਇਹ ਜਵਾਕ ਵਿਚਾਰੇ ਪੜ੍ਹਾਈ ਵੀ ਕਰਦੇ ਆ ਨਾਲ, ਮਤਲਬ ਵੀਡੀਓ ਵੀ ਅਸੀਂ ਸ਼ੌਂਕ ਨਾਲ ਤੁਹਾਡੀ ਖਾਤਰ ਅਸੀਂ ਵੀਡੀਓ ਵੀ ਬਣਾਉਂਦੇ ਹਾਂ। ਪਰ ਜਦੋਂ ਅਸੀਂ ਟਾਈਮ ਨਾਲ ਇਸੇ ਕਰਕੇ ਗਏ ਸੀ ਵੀ ਸਾਨੂੰ ਉੱਥੇ ਭੈਣ ਭਰਾ ਮਿਲਣੇ ਆ, ਉਹਨਾਂ ਨਾਲ ਅਸੀਂ ਫੋਟੋਆਂ ਵੀ ਖਿਚਾਉਣੀਆਂ ਵਾ ਅਤੇ ਵੀਡੀਓ ਵੀ ਬਣਾਉਣੀ ਆ, ਪਰ ਅਸੀਂ ਹਨੇਰਾ ਕਰ ਲਿਆ, ਪਰ ਉਹਨਾਂ ਨੂੰ ਨਾਰਾਜ਼ ਨਹੀਂ ਕੀਤਾ, ਉਹਨਾਂ ਨਾਲ ਫੋਟੋਆਂ ਸਾਰਿਆਂ ਨਾਲ ਖਿਚਾ ਕੇ ਆਏ ਹਾਂ। ਅਤੇ ਇੱਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ, ਇੱਦਾਂ ਹੀ ਅਸੀਂ ਸੋਹਣੇ ਸੋਹਣੇ ਕੰਟੈਂਟ, ਲੱਖ ਤੁਸੀਂ ਅੱਜ ਵਿਊ ਸਾਨੂੰ ਦੇਈ ਜਾਂਦੇ ਆ, ਕਮੈਂਟ ਦੇਈ ਜਾਂਦੇ ਆ, ਪਰ ਸਾਡੀ ਜ਼ਮੀਰ ਕਦੇ ਨਹੀਂ ਮਰਦੀ। ਅਸੀਂ ਅੱਜ ਤੱਕ ਗਲਤ ਵੀਡੀਓ ਨਾ ਕਦੇ ਬਣਾਈ ਆ। ਅਸੀਂ ਮੈਨੂੰ ਲੱਗਦਾ ਵੀ ਚਲੋ ਸਾਰੇ ਵੈਸੇ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਆ, ਪਰ ਸਾਡੇ ਦੇ ਲੋਕ ਇੰਨਾ ਕੁ ਜ਼ਿਆਦਾ ਮਾਣ ਕਰਦੇ ਆ, ਸਾਡੀਆਂ ਵੀਡੀਓ ਜਦੋਂ ਵੇਖਣ ਲੱਗ ਜਾਂਦੇ ਨਾ ਲੋਕ ਬਿਨਾਂ ਹੈੱਡਫੋਨਾਂ ਤੋਂ, ਮਾਵਾਂ ਭੈਣਾਂ ਦੇ ਵਿੱਚ ਬਹਿ ਕੇ ਦੇਖਦੇ ਆ, ਕਦੇ ਵੀ ਉਹਨਾਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਇੱਦਾਂ ਹੁੰਦਾ ਵੀ ਇਹਨਾਂ ਦੇ ਕੰਟੈਂਟ ਵਧੀਆ ਹੋਣਾ, ਕਦੇ ਵੀ ਅਸ਼ਲੀਲ ਜਾਂ ਕੋਈ ਉਹੋ ਜਿਹੀ ਗਲਤ ਚੀਜ਼ ਵੀਡੀਓ ਦੇ ਵਿੱਚ ਨਹੀਂ ਲੈ ਕੇ ਆਉਂਦੇ। ਸੋ ਇੱਦਾਂ ਹੀ ਆਪਣਾ ਮਾਣ ਪਿਆਰ ਬਣਾਈ ਰੱਖਿਓ, ਇੱਦਾਂ ਹੀ ਸੋਹਣੇ ਸੋਹਣੇ ਕੰਟੈਂਟ ਅਸੀਂ ਬਣਾਉਂਦੇ ਰਹਾਂਗੇ। ਆਹ ਜਿਹੜਾ ਮੈਂ ਤੁਹਾਡੇ ਸਾਹਮਣੇ ਬੋਲੀ ਜਾਂਦਾ, ਮੈਨੂੰ 1% ਵੀ ਨਹੀਂ ਬੋਲਣਾ ਆਉਂਦਾ ਸੀ, ਤੁਸੀਂ ਬੋਲਣ ਦਾ ਤਾ। ਅਤੇ ਇੱਦਾਂ ਪਿਆਰ ਬਣਾਈ ਰੱਖਿਓ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਕਮੈਂਟ ਯਾਰ ਜ਼ਰੂਰ ਵੱਡਾ ਜਿਹਾ ਕਰ ਦਿਓ, ਲਾਈਕ ਕਰ ਦਿਓ। ਥੈਂਕ ਯੂ ਸੋ ਮੱਚ।